ਸਿੱਖੀ ਪਿੰਡ ਵਿਖੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ ਦੀ ਕੁਰਬਾਨੀ ਨੂੰ ਝੁਠਲਾਉਣ ਅਤੇ ਸਿੱਖ ਇਤਿਹਾਸ ਨੂੰ ਗਲਤ ਸਾਬਤ ਕਰਨ ਦੀ ਡਾਕਟਰ ਹਰਜਿੰਦਰ ਸਿੰਘ ਦਲਗੀਰ ਵੱਲੋਂ ਕੀਤੀ ਗੁਸਤਾਖੀ ਦੀ ਵਜ੍ਹਾ ਕਰਕੇ ਸਮੁੱਚੇ ਸਿੱਖ ਜਗਤ ਦੇ ਅਤੇ ਕੈਸ਼ਵ ਰਾਜਪੂਤ ਬਰਾਦਰੀ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਦੇ ਚਲਦਿਆਂ ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ ਵੈਲਫੇਅਰ ਸੁਸਾਇਟੀ ਮਾੜੀ ਮੇਘਾ ਰਜਿਸਟਰ ਅਤੇ ਸਮੂਹ ਸੰਗਤਾਂ ਕਸਬਾ ਪੀਖੀ ਪਿੰਡ ਦੇ ਮੇਨ ਚੌਂਕ ਵਿਖੇ ਡਾਕਟਰ ਹਰਜਿੰਦਰ ਸਿੰਘ ਦਲਗੀਰ ਵਿਰੁੱਧ ਜੰਮ ਕੇ ਨਾਰੇਬਾਜ਼ੀ ਕੀਤੀ ਗਈ ਅਤੇ ਉਸ ਦਾ ਪੁਤਲਾ ਫੂਕਿਆ ਗਿਆ। ਸਮੂਹ ਸੰਗਤਾਂ ਨੇ ਮੰਗ ਕੀਤੀ ਕਿ ਡਾਕਟਰ ਦਲਗੀਰ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ। ਹਰਜਿੰਦਰ ਸਿੰਘ ਦਲਗੀਰ ਨਾਂ ਦਾ ਆਦਮੀ ਹੈ ਜਿਸ ਦੇ ਸਿੱਖ ਧਰਮ ਨੂੰ ਬਹੁਤ ਹੀ ਠੇਸ ਪਹੁੰਚਾਈ ਹੈ, ਕਿਉਂਕਿ ਤੁਸੀਂ ਜਾਣਦੇ ਹੋ ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ ਦੀਆਂ ਕੁਰਬਾਨੀਆਂ ਅਤੇ ਨਵਾਬ ਟੋਡਰ ਮੱਲ ਦੀ ਜਿਹੜਾ ਹੈਗੇ ਨੇ ਉਹਨਾਂ ਦੀ ਕੁਰਬਾਨੀ ਨੂੰ ਜਿਨ੍ਹਾਂ ਨੇ ਸਭ ਕੁਛ ਹੀ ਸੈਨਾ ਇਹਨਾਂ ਵਾਸਤੇ ਛੋਟੇ ਸਾਹਿਬਜ਼ਾਦਿਆਂ ਵਾਸਤੇ ਮਾਤਾ ਗੁਜਰੀ ਜੀ ਹੋਣਾਂ ਵਾਸਤੇ ਆਪਣਾ ਆਪ ਸਭ ਪਰਿਵਾਰ ਤੱਕ ਵਾਰ ਦਿੱਤਾ ਅਤੇ ਅੱਜ ਹੁਣ ਡਾਕਟਰ ਦਲਗੀਰ ਇਹ ਕਹਿ ਰਿਹਾ ਹੈ ਕਿ ਮਾਤਾ ਗੁਜਰੀ ਦਾ ਆਪਣਾ ਮਾਤਾ ਗੁਜਰੀ ਛੋਟੇ ਸਾਹਿਬਜ਼ਾਦਿਆਂ ਨੂੰ ਸੇਵਾ ਦੇ ਵਿੱਚ ਇਹਨਾਂ ਦਾ ਕੋਈ ਰੋਲ ਨਹੀਂ ਹੈ, ਨਾ ਤਾਂ ਟੋਡਰ ਮੱਲ ਦਾ ਹੀ ਕੋਈ ਰੋਲ ਹੈ ਅਤੇ ਨਾ ਹੀ ਆਪਣਾ ਮੋਤੀ ਰਾਮ ਮਹਿਰਾ ਜੀ ਦਾ ਕੋਈ ਰੋਲ ਹੈ, ਕਿਉਂਕਿ ਇਹ ਕਹਿ ਰਿਹਾ ਹੈ ਬਿਲਕੁਲ ਹੀ ਨਕਲੀ ਪਾਤਰ ਹਨ ਜਿਸ ਦੇ ਕਰਕੇ ਸਿੱਖ ਧਰਮ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ।